ਪ੍ਰੀਤ ਸਿੰਘ ਜਵੰਦਾ ਦੀ ਕਹਾਣੀ ਉਦੋਂ ਹਰ ਸੋਮਵਾਰ ਮੈਨੂੰ ਖਰਚਣ ਲਈ ਜਵਾਨੀ ਮਿਲਿਆ ਕਰਦੀ ਸੀ ਫਿਰ ਅੱਧੀ ਛੁੱਟੀ ਵੇਲੇ ਦਸਾਂ ਪੈਸਿਆਂ ਦਾ ਵੇਸਣ ਦਸਾਂ ਦੇ ਮੋਤੀਚੂੜ ਦੇ ਲੱਡੂ ਤੇ ਬਾਕੀ ਬਚੀ ਪੰਜੀ ਦੀ ਲੋਟਰੀ ਪੁੱਟ ਲਿਆ ਕਰਦਾ ਕਈ ਵੇਰ ਕੁਝ ਪੈਸੇ ਨਿਕਲ ਆਉਂਦੇ ਤਾਂ ਮौजਾਂ ਲੱਗ ਜਾਂਦੀਆਂ ਇੱਕ ਵਾਰ ਸਵੇਰੇ ਸਵੇਰੇ ਅਨਾਉਂਸਮੈਂਟ ਹੋਈ ਵੱਡੀ ਕਲਾਸ ਦੀਆਂ ਕੁੜੀਆਂ ਨੇ ਮਠਿਆਈ ਬਣਾਉਣੀ ਸੀ ਇੱਕ ਮੁਕਾਬਲਾ ਹੋਣਾ ਸੀ ਤਰਾਂਤਰਾਂ ਦੀਆਂ ਬਣ ਗਈਆਂ ਤੇ ਹੋਰ ਵੀ ਕਿੰਨਾ ਕੁਝ ਉਸ ਸਿਨ ਪੜਾਈ ਵੀ ਨਹੀਂ ਸੀ ਹੋਣੀ ਮੈਂ ਮਿੱਥੇ ਟਾਈਮ ਆ ਪੜ ਗਿਆ ਜਿੱਥੇ ਜਾਵਾਂ ਗੋਡੂਨੇ ਚ ਪਾਪਾ ਕਿੰਨਾ ਕੁਝ ਦੇਈ ਜਾਵਣ ਤੇ ਮੈਂ ਰੱਜ ਰੱਜ ਖਾਈ ਜਾਵਾਂ ਕੁਝ ਐਸੀਆਂ ਵੀ ਜਿਹੜੀਆਂ ਪਹਿਲੀ ਵਾਰ ਖਾ ਖਾਧੀਆਂ ਸਨ ਆਖਰ ਜਦੋਂ ਪੂਰਾ ਰੱਜ ਹੋ ਗਿਆ ਤਾਂ ਵੱਡਾ ਸਾਰਾ ਡਕਾਰ ਮਾਰ ਉਹ ਤੋਂ ਤੁਰਨ ਲੱਗਾ ਤਾਂ ਸਾਰੀਆਂ ਮਗਰ ਭੱਜੀਆਂ ਆਈਆਂ ਆਖੇ ਪੈਸੇ ਕਿੰਨੇ ਦੇਣੇ 2 ਰੁਪਏ ਤੇ 75 ਪੈਸੇ ਬਣੇ ਆਖੇ ਪੈਸੇ ਕਿੰਨੇ ਦੇਣੇ 2 ਰੁਪਏ ਤੇ 75 ਪੈਸੇ ਬਣੇ ਮੈਂ ਡਰੀ ਹੋਈ ਨਹੀਂ ਆਪਣੀ ਖਾਲੀ ਬੋਝੇ ਵਿਖਾ ਦਿੱਤੇ ਹਰ ਉਹ ਕਿੰਨੀਆਂ ਸਾਰੀਆਂ ਤੇ ਮੈਂ ਕੱਲਾ ਕੋਈ ਕੁਝ ਆਖੀ ਜਾਏ ਕੋਈ ਕੁਝ ਤੇ ਜੇ ਪੈਸੇ ਨਾ ਦਿੱਤੇ ਤਾਂ ਗੱਲ ਕਰਦੇ ਆਂ ਤੱਕ ਜਾਉ ਮਾਸਟਰ ਜੀ ਕੋਲੋਂ ਕੁੱਟ ਜੁਰਮਾਨਾ ਬੇਇੱਜ਼ਤੀ ਮੁਖੌਲ ਤੇ ਹੋਰ ਵੀ ਕਿੰਨਾ ਕੁਝ ਅਖੀਰ ਇਹਨਾਂ ਸਾਰਾ ਕੁਝ ਸੁਣ ਕੇ ਬਰੇ ਹੋਏ ਦਾ ਰੋਣ ਨਿਕਲ ਗਿਆ ਇਹਨੇ ਨੂੰ ਇੱਕ ਕੁੜੀ ਛੇਤੀ ਨਾਲ ਲੱਗੇ ਆਈ ਤੇ ਮੈਨੂੰ ਆਪਣੇ ਕਲਾਵੇ 'ਚ ਲੈ ਲਿਆ ਚੁੰਨੀ ਨਾਲ ਮੇਰੇ ਹੰਝੂ ਪੁੰਝੇ ਲਾੜ ਪਿਆਰ ਕੀਤਾ ਤੇ ਆਖਿਆ ਕੁਛ ਨਹੀਂ ਹੁੰਦਾ ਬਸ ਚੁੱਪ ਕਰਕੇ ਮੇਰੇ ਮਗਰ ਖਲੋਤਾ ਰਿਹਾ ਉਸ ਵੇਲੇ ਉਹ ਮੈਨੂੰ ਮੇਰੀ ਦਾਦੀ ਜੀ ਦੀਆਂ ਸਾਖੀਆਂ ਵਾਲੀ ਬੇਬੇ ਨਾਨਕੀ ਦਾ ਰੂਪ ਹੀ ਲੱਗੀ ਇਹਨੇ ਨੂੰ ਪ੍ਰਿੰਸੀਪਲ ਮੈਡਮ ਵੀ ਆ ਗਏ ਸਾਰੀ ਗੱਲ ਦਾ ਪਤਾ ਲੱਗਾ ਤਾਂ ਹੱਸ ਪਏ ਫਿਰ ਘੜੀ ਵੇਖਦੇ ਆ ਪੁੱਛਣ ਲੱਗੇ ਸਭ ਤੋਂ ਵਧੀਆ ਬਣ ਗਈ ਚੁਣਨ ਵਾਲੇ ਜੱਜ ਨੇ ਆਉਣਾ ਸੀ ਉਹ ਅਜੇ ਤੱਕ ਕੱਪੜਿਆ ਕਿ ਨਹੀਂ ਨਾਂਚ ਜਵਾਬ ਮਿਲਣ ਤੇ ਆਖਣ ਲੱਗੇ ਇਸ ਬੱਚੇ ਨੇ ਤਕਰੀਬਨ ਸਾਰੀਆਂ ਮਠਿਆਈਆਂ ਖਾਧੀਆਂ ਨੇ ਬਤੌਰ ਜੱਜ ਵੀ ਹੁਣ ਇਹ ਹੀ ਦੱਸੇਗਾ ਕਿ ਸਭ ਤੋਂ ਵਧੀਆ ਕਿਹੜੀ ਸੀ ਹੁਣ ਕਿੰਨੀਆਂ ਸਾਰੀਆਂ ਸਵਾਲੀਆ ਨਜ਼ਰਾਂ ਮੇਰੇ ਤੇ ਗੱਡੀਆਂ ਗਈਆਂ ਤੇ ਮੈਂ ਪਲਾਂ ਛਾਂਚੀ ਇੱਕ ਵੱਡੀ ਭੇਡ ਦਾ ਜ਼ਰੂਰੀ ਜਿਹਾ ਕੇਂਦਰ ਬਿੰਦੂ ਬਣ ਗਿਆ ਸਮਝ ਨਾ ਆਵੇ ਕੀ ਆਖਾਂ ਫਿਰ ਅਚਾਨਕ ਹੀ ਵੱਡੀ ਭੈਣ ਦੀ ਉਮਰ ਦੀ ਉਸ ਕੁੜੀ ਵੱਲ ਇਸ਼ਾਰਾ ਕਰਤਾ ਜਿਹਨੇ ਮੈਨੂੰ ਔਖੇ ਵੇਲੇ ਆਪਣੀ ਬੁੱਕਲ ਚ ਲੁਕੋਇਆ ਸੀ ਅਗਲੇ ਪਲ ਰੋਲਾ ਪੈ ਗਿਆ ਕਿ ਗੁਲਾਬ ਜਾਮਨ ਵਾਲੀ ਬਣ ਗਈ ਜਿੱਤ ਗਈ ਪਰ ਫੜਕ ਫੜਕ ਕਰਕੇ ਵੱਜ ਰਿਹਾ ਮੇਰਾ ਦਿਲ ਹੀ ਜਾਣਦਾ ਸੀ ਕਿ ਉਸਨ ਗੁਲਾਬ ਜਾਮਨ ਨਹੀਂ ਸਗੋਂ ਹਮਦਰਦੀ ਆਪਣੇਪਣ ਤੇ ਪਿਆਰ ਮੁਹੱਬਤ ਦਾ ਇੱਕ ਅਦੁੱਤੀ ਮੂਜਸਮਾ ਬਾਜੀ ਮਾਰ ਗਿਆ ਸੀ ਅਜ ਇੰਨੇ ਵਰਿਆਂ ਬਾਅਦ ਸੈਸ਼ਨ ਜੱਜ ਲੱਗ ਭਾਵੇਂ ਉਸੇ ਸ਼ਹਿਰ ਚ ਤਾਇਨਾਤ ਆ ਪਰ ਫਿਰ ਵੀ ਜਦੋਂ ਕਦੀ ਉਸ ਹਾਈ ਸਕੂਲ ਅਗਿਓ ਨਿਕਲਣ ਦਾ ਸਬਬ ਬਣਦਾ ਐਨ ਮੋਰੇ ਗੱਡੀ ਜ਼ਰੂਰ ਰੁਕਵਾ ਲੈਂਦਾ ਫਿਰ ਜਦੋਂ ਡਰਾਈਵਰ ਹੈਰਾਨ ਹੋ ਕੇ ਪੁੱਛਦਾ ਹੈ ਤਾਂ ਗੋ ਆਖਦਾ ਕਰਮ ਸਿਆਂ ਇਹ ਉਹੀ ਥਾਂ ਹੈ ਜਿੱਥੇ ਕਦੀ ਤੇਰਾ ਸਾਹ ਜ਼ਿੰਦਗੀ ਚ ਪਹਿਲੀ ਵਾਰ ਜੱਜ ਬਣਿਆ ਸੀ ਉਸ ਮੁਕਦਮੇ ਦਾ ਜੱਜ ਜਿਸ ਚੋਂ ਕਿਸੇ ਨੂੰ ਕੋਈ ਸਜ਼ਾ ਨਹੀਂ ਸੀ ਹੋਈ ਸਗੋਈ ਕੈਸੇ ਇਨਾਮ ਦਾ ਲੈਣ ਦੇਣ ਹੋਇਆ ਸੀ ਜਿਹੜਾ ਬਹੁਤ ਘੱਟ ਲੋਕਾਂ ਨੂੰ ਹੀ ਨਸੀਬ ਹੁੰਦਾ ਹੈ ਧੰਨਵਾਦ